ਹੁਣ ਤੱਕ ਹੀ ਤੁਸੀਂ ਸਿਰ ਵੀ ਦੇ ਸਕਦੇ ਸੰਗਤ ਦੇ ਵਿੱਚ ਵਾਤਾ ਤਤ ਗੁਰੂ ਨਾਨਕ ਦਾ ਮਹਾਂਪੁਰ ਕਹਿੰਦੇ ਹੁੰਦੇ ਸੀ ਜਿਹੜਾ ਗੁਰੂ ਘਰ ਇੱਕ ਰੁਪਈਆ ਦਾਨ ਕਰਦਾ ਜਿਉਂਦੇ ਜੀ 12 ਗੁਣਾ ਫਲ ਮਿਲਦਾ 72 ਗੁਣਾ ਫਲ ਦਰਗਾਹ ਦੇ ਵਿੱਚ ਜਾ ਕੇ ਮਿਲਦਾ ਔਰ ਗੁਰੂ ਕਿਰਤ ਜਿਹੜੀਆਂ ਸੰਗਤਾਂ ਨੇ ਭਾਵੇਂ ਦਾਸ ਨੇ ਅੱਜ ਤੱਕ ਕੋਈ ਮੰਗ ਨਹੀਂ ਕੀਤੀ ਗੁਰੂ ਕੀ ਸੰਗਤ ਪਰ ਗੁਰਸਾਈ ਤੁਲਸੀ ਦਾਸ ਜੀ ਕਹਿੰਦੇ ਨੇ ਪਰ ਪਕਾਰ ਕੇ ਵਾਸਤੇ ਮੁਝੇ ਨਾ ਆਵੇ ਲਾਜ ਪ੍ਰਧਾਨ ਸੈਕਟਰੀ ਸਾਹਿਬ ਇੱਥੇ ਦੀ ਜਿੰਨੀ ਪ੍ਰਤੀ ਕਮੇਟੀ ਹੈ ਇੱਥੇ ਬੈਠੀ ਹੋਵੇ ਦਾਸ ਇਹਨਾਂ ਦੇ ਚਰਨਾਂ ਚ ਇੱਕ ਬੇਨਤੀ ਕਰਦਾ ਕਿ ਗੁਰੂ ਘਰ ਏਡਾ ਵੱਡਾ ਬਣਾਓ ਖਾਲਸਾ ਦੀ ਸੰਗਤਾਂ ਦੇ ਵਿੱਚ ਤੇ ਕੋਈ ਕਮੀ ਨਹੀਂ ਖਾਲਸਾ ਦਾਸ ਨੂੰ ਕਿਸੇ ਦੂਜੇ ਧਰਮ ਦੇ ਬੰਦੇ ਨੇ ਸਵਾਲ ਕਰ ਦਿੱਤਾ ਸੰਤ ਜੀ ਦੁਨੀਆਂ ਦੇ ਵਿੱਚ ਬੜੇ ਬੜੇ ਧਰਮ ਨੇ ਕਿਸੇ ਮੰਦਿਰ ਦੇ ਵਿੱਚ ਕਿਸੇ ਮਸਜਿਦ ਦੇ ਵਿੱਚ ਕਿਸੇ ਗਿਰਜਾ ਘਰ ਚ ਲੰਗਰ ਨਹੀਂ ਚੱਲਦੇ ਇਹ ਗੁਰੂ ਨਾਨਕ ਦੇ ਘਰ ਚ ਲੰਗੂ ਚੱਲਦੇ ਨੇ ਮੈਂ ਕਿਹਾ ਪ੍ਰੇਮੀਆਂ ਤੂੰ ਸਾਡਾ ਇਤਿਹਾਸ ਨਹੀਂ ਪੜ੍ਹਿਆ ਤੂੰ ਤੇ ਰੋਟੀਆਂ ਦੀ ਗੱਲ ਕਰਦਾ ਜਿਹੜੀ ਕੌਮ ਸਮਾਂ ਪੈਣ ਖਾਲਸਾ ਦੀ ਸਿਰਾਂ ਦੀਆਂ ਲੈਣਾਂ ਲਾ ਸਕਦੀ ਉਹਦੇ ਵਾਸਤੇ ਰੋਟੀਆਂ ਦੀਆਂ ਲੈਣਾਂ ਲਾਉਣੀਆਂ ਕੀ ਔਖੀਆਂ ਨੇ ਖਾਲਸਾ ਜੀ ਅਰਦਾਸ ਨੂੰ ਤਾਂ ਗੁਰੂ ਕੀ ਸੰਗਤ ਆਪ ਕਰਨਾ ਦਾਸ ਤਾਂ ਤੁਹਾਡੇ ਪਿਆਰ ਦਾ ਭੁੱਖਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨੂੰ ਕੋਈ ਮੰਗ ਨਹੀਂ ਇਹ ਸੈਕਟਰੀ ਸਾਹਿਬ ਪ੍ਰਧਾਨ ਸਾਹਿਬ ਹੋਰੀ ਕਈ ਕਹਿੰਦੇ ਸੀ ਕਿ ਸੰਤ ਜੀ ਮਾਫ਼ ਕਰਨਾ ਕਿ ਕੋਈ ਮਦਦ ਕਰੋ ਮੈਂ ਕਿਹਾ ਮਦਦ ਕੀ ਹੈ ਇੱਥੇ ਦਾ ਸੰਗਤ ਇੰਨਾ ਪਿਆਰ ਭੇਜਿਆ ਪਿਆ ਖਾਲਸਾ ਦੀ ਸੱਚਮੁੱਚ ਮੈਨੂੰ ਪੂਰਾ ਯਕੀਨ ਹੈ ਗੁਰੂ ਕੀ ਸੰਗਤ ਆਹ ਗੁਰੂ ਘਰ ਤਾਂ ਬਣਿਆ ਹੀ ਪਿਆ ਪਰ ਮਾਫ਼ ਕਰਨਾ ਗੁਰੂ ਕੀ ਸੰਗਤ ਦਾਸ ਬੇਨਤੀ ਕਰਦਾ ਬੰਦਕ ਕਮੇਟੀ ਨੂੰ ਤਗੜੇ ਹੋ ਕੇ ਚੱਲੋ ਗੁਰੂ ਕਿਸਨ ਮਹਾਂਪੁਰ ਕਿਆ ਕਰਦੇ ਸੀ ਕਿ ਇੱਕ ਖਿਆਲ ਜ਼ਰੂਰ ਰੱਖਿਓ ਆਪਣੀ ਜ਼ਿੰਦਗੀ ਚ ਕਹਿੰਦੇ ਨੇ ਆਪਣੀ ਜਿਬ ਚੋਂ ਪੈਸਾ ਗੁਰੂ ਘਰ ਤਾਂ ਲਾ ਦਿਓ ਪਰ ਗੁਰੂ ਘਰ ਦਾ ਯਾਰ ਆਪਣੇ ਘਰ ਨਾ ਬਣਦੇ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸਿਆ ਇਸ ਪੂਜਾ ਧਾਨ ਨੂੰ ਕਿਤੇ ਖੰਡ ਤੇ ਪੱਲੇ ਕਿਆ ਯਾਰ ਖਾਲੀ ਨਾ ਧਾਨ ਪੂਰਾ ਪੂਜਾ ਸਾਡੀ ਕੋਸ਼ਿਸ਼ ਚੱਲ ਰਹੀ ਹੈ ਪੈਸੇ ਪੂਸੇ ਦੀਆਂ ਕਿਹੜੀਆਂ ਗੱਲਾਂ ਨੇ
ਗੋਲ ਮੋਲ ਤੇ ਰੱਬ ਕੋਲ ਖਾਲਸਾ ਜੀ ਕਈ ਕਹਿੰਦੇ ਨੇ ਸੰਤ ਜੀ ਕਦੇ ਕੋਈ ਹਿਸਾਬ ਕਿਤਾਬ ਕੀਤਾ ਤੁਹਾਡਾ ਕਿੰਨਾ ਕੁ ਖਰਚ ਹੁੰਦਾ ਸਤਾਨਾ ਦੇ ਮੈਂ ਕਿਹਾ ਹਿਸਾਬ ਕਿਤਾਬ ਤੇ ਅਸੀਂ ਸਾਲਾ ਧਰਮਰਾਜ ਨੂੰ ਨੀ ਦੇਣਾ ਜਾ ਕੇ ਮਾਫ ਕਰਨਾ ਸਾਧ ਸਿੰਘ ਜੀ ਧਰਮਰਾਜ ਨੂੰ ਨੀ ਦੇਣਾ ਖਾਲਸਾ ਜੀ ਅਸੀਂ ਤਾਂ ਹਿਸਾਬ ਕਿਤਾਬ ਵੇੜਨਾ ਖਾਤਾ ਜੀ ਨਾਨਕ ਸਤਿਗੁਰੂ ਦੇ ਨਾਂ ਮਨਾਇਆ ਤਿਨਕਾ ਲੇਖਾ ਨਿਬੜਿਆ ਅਸੀਂ ਤਾਂ ਲੇਖਿਆ ਤੋਂ ਤੁਰੇ ਜਾਣਾ ਬੜੇ ਭਾਗਾਂ ਵਾਲਿਓ ਦਸ ਨੂੰ ਪੂਰਾ ਯਕੀਨ ਹੈ ਤੇ ਇੱਕ ਇੱਕ ਪਾਉਂਡ ਨਾ ਭੁੱਲਣਾ ਆਪਾਂ ਨੂੰ ਕੋਸ਼ਿਸ਼ ਹੀ ਨੀ ਕਰਨੀ ਪੈਣੀ ਖਾਲਸਾ ਜੀ ਗੱਲ ਕਿਹੜੀ ਇੱਕ ਪਾਉਂਡ ਹੁੰਦਾ ਵੀ ਕੀ ਇੱਕ ਪਾਉਂਡ ਹੁੰਦਾ ਵੀ ਕੀ ਪੈਸੇ ਦੀ ਕਿਹੜੀ ਗੱਲ ਹੈ ਆਹੀ ਤਾਂ ਸਾਡੇ ਪੈਸੇ ਨੇ ਤੁਸੀਂ ਲੱਖਾਂ ਬਿਲਡਿੰਗਾਂ ਖੜੀਆਂ ਕਰ ਦੋ ਖਾਲਸਾ ਜੀ ਮਾਫ ਕਰਨਾ ਕਿਸੇ ਨੇ ਤੁਹਾਡਾ ਨਾਂ ਨੀ ਲੈਣਾ ਲਊਗਾ ਜਿੰਨੀ ਮਰਜ਼ੀ ਬੱਚਿਆਂ ਦੀ ਜਾਇਦਾਦ ਬਣਾ ਦਿਓ ਤੇ ਜੇ ਤੁਸੀਂ 10-20 ਹਜ਼ਾਰ ਪਾਉਂਡ ਇੱਥੇ ਕੋਈ ਅਨਾਊਂਸਮੈਂਟ ਕਰ ਦੇਣਾ ਲੋਕੀ ਸਾਰੇ ਕਹਿਣਗੇ ਬੱਲੇ ਬੱਲੇ ਫਲਾਣੇ ਬੰਦੇ ਨੇ 10 ਹਜ਼ਾਰ ਪਾਉਂਡ ਅਰਦਾਸ ਕਰਾ ਕਹਿੰਦੇ ਵਾਹਿਗੁਰੂ ਇੱਥੇ ਨਾਂ ਰਹੇਗਾ ਉਹਨਾਂ ਦਾ ਜਿਹੜੇ ਨਾਮ ਜਪਣਗੇ ਇੱਥੇ ਨਾਂ ਰਹੇਗਾ ਉਹਨਾਂ ਦਾ ਜਿਹੜੇ ਸੇਵਾ ਕਰਨਗੇ ਮਾਫ ਕਰਨਾ ਗੁਰੂ ਕੀ ਸੰਗਤ ਬਾਬਾ ਮਾਟਾ ਜੀ ਕੀਰਤਨ ਕਰਕੇ ਗਏ ਨੇ ਬੜਾ ਸਮਾਂ ਨਾਲ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਪਰ ਜਿਹੜੀ ਇਹਨਾਂ ਸਿੰਘ ਦੀ ਗੱਲ ਕਹੀ ਨਾ ਸਿੰਘ ਮਾਰਨ ਨੂੰ ਮਾਠਿਆ ਸਾਡੇ ਤਾਂ ਸਿੰਘ ਸੰਤ ਨਾ ਵਲੈਤੀ ਬੱਚਾ ਮੁਕ ਜੰਮਦਿਆ ਨਹੀਂ ਬਣਾ ਗਏ ਸੀ ਸਾਡੇ ਤਾਂ ਸਿੰਘ ਕੀ ਹੈ ਅਸੀਂ ਸਿੰਘ ਕੀ ਮਾਰਨੇ ਨੇ ਅਸੀਂ ਤਾਂ ਸਿੰਘ ਕੀ ਮਾਰਨੇ ਨੇ ਮਾਫ ਕਰਨਾ ਸਾਡੇ ਤੇ ਮਾਠਾ ਜੀ ਸਿੰਘ ਹੀ ਨੀ ਹੈਗੇ ਮਾਫ ਕਰਨਾ ਗੁਰੂ ਕੀ ਸੰਗਤ ਗੁਰੂ ਸਾਹਿਬ ਦੀ ਬੜੀ ਕਿਰਪਾ ਤੇ ਸਾਧ ਸੰਗਤ ਜੀ ਸਾਨੂੰ ਤੇ ਸੰਗਤ ਦੇ ਪਿਆਰ ਦੀ ਲੋੜ ਹੈ ਸੰਗਤ ਮਾਂ ਬਾਪ ਦੀ ਬੜਾ ਫਕਰ ਨਾਲ ਫਰੀਦਾ ਦੁਨੀਆਂ ਦੇ ਵਿੱਚ ਜਦ ਲੰਘੀ ਦਾ ਨਾ ਝਾਤੀ ਮਾਰੀ ਦੀ ਹੈ ਕਿਸੇ ਦੀ ਇੱਕ ਮਾਂ ਕਿਸੇ ਦੀ ਮਾਫ ਕਰਨਾ ਇਸ ਤੋਂ ਵੱਧ ਨੀ ਕਿਸੇ ਦੀ 2 ਭੈਣਾਂ ਕਿਸੇ ਦੀ 3 ਭੈਣਾਂ ਮਾਫ ਕਰਨਾ ਕਿਸੇ ਦੀ 1 ਬੱਚੀ ਤੇ ਕਿਸੇ ਦੀ 2 ਬੱਚੀਆਂ ਆਮ ਲੋਕੀ ਕਹਿੰਦੇ ਨੇ ਕਿ ਨਾ ਦੁਨੀਆਂ ਤੇ ਬੱਚਿਆਂ ਕਰਕੇ ਰਹਿੰਦਾ ਸਾਡੀ ਮਾਈ ਵੀ ਕਹਿੰਦੀ ਸੀ ਪੁੱਤ ਤੇਰਾ ਦੁਨੀਆਂ ਤੇ ਨਾ ਕਿਵੇਂ ਰਹੂਗਾ ਮੈਂ ਕਿਹਾ ਮਾਤਾ ਨਾ ਕੋਈ ਬੱਚਿਆਂ ਕਰਕੇ ਰਹਿੰਦਾ ਜੇ ਬੱਚਿਆਂ ਕਰਕੇ ਨਾ ਰਹਿੰਦਾ ਤਾਂ ਸੂਰੀ ਦੇ ਬੱਚੇ ਕਿੰਨੇ ਨੇ 12 ਬੱਚਿਆਂ ਨੂੰ ਜਨਮ ਦਿੰਦੀ ਹੈ ਤੂੰ ਇਹ ਦੱਸ ਮਾਤਾ ਦਾਦੇ ਤੂੰ ਪਹਿਲਾਂ ਪੜਦਾਦਾ ਕੌਣ ਹੋਇਆ ਪੜਦਾਦੇ ਤੂੰ ਪਹਿਲਾਂ ਕੌਣ ਹੋਇਆ ਕਿਸੇ ਦੇ ਨਾਂ ਦਾ ਪਤਾ ਤੈਨੂੰ ਉਹਨਾਂ ਦਾ ਨਾਂ ਨੀ ਰਿਹਾ ਨਾ ਤਾਂ ਉਹਨਾਂ ਦਾ ਰਹੂਗਾ ਜਿਹੜੇ ਨਾਮ ਜਪਣਗੇ ਰਹੀ ਗੱਲ ਬੱਚਿਆਂ ਦੀ ਮਾਤਾ ਸਾਰੀ ਦੁਨੀਆਂ ਦੀਆਂ ਮਾਵਾਂ ਨੇ ਸਾਰੇ ਸੰਸਾਰ ਦੀਆਂ ਭੈਣਾਂ ਭੈਣਾਂ ਨੇ ਸਾਰੇ ਸੰਸਾਰ ਦੀਆਂ ਬੱਚੀਆਂ ਬੱਚੀਆਂ ਨੇ ਆਹ ਸਾਰਾ ਏਡਾ ਵੱਡਾ ਪਰਿਵਾਰ ਹੈ ਰੋਜ਼ ਹੀ ਤੇ ਪੜ੍ਹਦੇ ਇੱਕ ਧਾਰਨਾ ਪੜ ਲਾ ਮਰਾ ਪਰਿਵਾਰ ਜੀ ਸਦਾ ਹੀ